ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡਰ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਜਿਸ ਤਰ੍ਹਾਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜੀ ਦੇ ਵੱਲੋਂ ਕਾਫੀ ਵਧੀਆ ਇੱਕ ਖਬਰ ਨਿਕਲ ਕੇ ਆ ਰਹੀ ਹੈ 17 ਜੂਨ ਦੀ ਜੋ ਕਿ ਖਬਰ ਹੈ ਸੂਬੇ ਦੇ ਸਰਕਾਰੀ ਸਕੂਲਾਂ 'ਚ ਭਰਨੀਆਂ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਨੂੰ ਲੈ ਕੇ ਜੋ ਖਬਰ ਨਿਕਲ ਕੇ ਆਈ ਹੈ ਸਿੰਘਲਾ ਜੀ ਦੇ ਵੱਲੋਂ ਜੋ ਕਿ ਇੱਕ ਬਿਆਨ ਦਿੱਤਾ ਗਿਆ ਉਸ ਦੇ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ ਤੇ ਵਾਕਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਬਹੁਤ ਹੀ ਵਧੀਆ ਖਬਰ ਹੈ ਜੀ ਤੁਹਾਡੇ ਸਾਰਿਆਂ ਦੇ ਲਈ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਜਿਸ ਤਰ੍ਹਾਂ ਕਿ ਸੂਬੇ ਦੇ ਸਰਕਾਰੀ ਸਕੂਲਾਂ 'ਚ ਭਰਨੀਆਂ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਸਿੰਘਲਾ ਜਿਸ ਤਰ੍ਹਾਂ ਕਿ ਵਿਜੇਂਦਰ ਸਿੰਘਲਾ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਲੁਧਿਆਣਾ 17 ਜੂਨ ਦੀ ਜੋ ਖਬਰ ਹੈ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਹਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ 'ਚ ਪਈਆਂ 4500 ਪੋਸਟਾਂ ਨੂੰ ਭਰਨ ਲਈ ਜਲਦ ਪ੍ਰਕਿਰਿਆ ਸ਼ੁਰੂ ਕਰੀ ਜਾ ਰਹੀ ਹੈ ਠੀਕ ਹੈ ਜਿਸ ਤਰ੍ਹਾਂ ਕਿ ਬਹੁਤ ਜਲਦ ਇਸ ਦੀ ਪ੍ਰਕਿਰਿਆ ਸ਼ੁਰੂ ਕਰੀ ਜਾ ਰਹੀ ਹੈ ਅੱਜ ਲੁਧਿਆਣਾ ਪੁਜੇ ਸਿੰਘਲਾ ਨੇ ਕਿਹਾ ਕਿ ਪੰਜਾਬ ਸਰਕਾਰ 4500 ਅਧਿਆਪਕਾਂ ਦੀਆਂ ਭਰਤੀ ਨੂੰ ਲੈ ਕੇ ਪਹਿਲਾ ਇਸ਼ਤਿਹਾਰ ਜਾਰੀ ਕਰ ਚੁੱਕੀ ਹੈ ਇਸ ਤੋਂ ਇਲਾਵਾ 4500 ਹੋਰ ਪੋਸਟਾਂ ਲਈ ਜਲਦ ਹੀ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ ਉਹਨਾਂ ਇਹ ਕਿਹਾ ਹੈ ਕਿ ਲਾਕਡਾਊਨ ਦੌਰਾਨ ਨਿੱਜੀ ਸਕੂਲਾਂ ਵੱਲੋਂ ਫੀਸ ਵਸੂਲਣ ਨਾਲ ਸੰਬੰਧਿਤ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਹੈ ਠੀਕ ਹੈ ਜਿਸ ਤੇ 18 ਜੂਨ ਨੂੰ ਫੈਸਲਾ ਆਉਣ ਦੀ ਸੰਭਾਵਨਾ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਜੋ ਕਿ ਫੀਸ ਵਸੂਲੀ ਜਾ ਰਹੀਆਂ ਸਕੂਲਾਂ ਦੇ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਉਸ ਦੇ ਉੱਪਰ ਫੈਸਲਾ ਆ ਜੋ ਹਰਿਆਣਾ ਹਾਈ ਕੋਰਟ ਕਰੇਗੀ ਉਹ ਹਾਲੇ ਪੈਂਡਿੰਗ ਹੈ 17 18 ਜੂਨ ਨੂੰ ਜਿਸ ਦਾ ਫੈਸਲਾ ਸੁਣਾਉਣ ਦੀ ਬਹੁਤ ਜ਼ਿਆਦਾ ਸੰਭਾਵਨਾ ਨਿਕਲ ਕੇ ਆ ਰਹੀ ਹੈ ਠੀਕ ਹੈ ਉਹਨਾਂ ਨੇ ਦੁਹਰਾਇਆ ਹੈ ਕਿ ਪੰਜਾਬ ਸਰਕਾਰ ਮਾਪਿਆਂ ਅਤੇ ਨਿੱਜੀ ਸਕੂਲ ਪ੍ਰਸ਼ਾਸਕਾਂ ਤੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਪਰ ਫੀਸ ਫਿਰ ਫਿਰ ਵੀ ਉਹ ਨਿੱਜੀ ਸਕੂਲ ਪ੍ਰਸ਼ਾਸਕਾਂ ਨੂੰ ਮਾਪਿਆਂ ਤੋਂ ਜ਼ਰੂਰੀ ਫੀਸ ਤੋਂ ਬਿਨਾ ਹੋਰ ਗੈਰ ਜ਼ਰੂਰੀ ਫੀਸ ਲੈਣ ਦੀ ਮਨਜ਼ੂਰੀ ਨਹੀਂ ਦੇ ਸਕਦੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸਕੂਲਾਂ ਦੇ ਵਿੱਚ ਫੀਸ ਵਸੂਲੀ ਜਾ ਰਹੀ ਹੈ ਬਟ ਹੁਣ ਕੀ ਕਿਹਾ ਗਿਆ ਸਿਰਫ ਨਿੱਜੀ ਸਕੂਲ ਪ੍ਰਸ਼ਾਸਕਾਂ ਨੂੰ ਮਾਪਿਆਂ ਤੋਂ ਜ਼ਰੂਰੀ ਫੀਸ ਚ ਜ਼ਰੂਰੀ ਫੀਸ ਹੈ ਜਿਸ ਤਰ੍ਹਾਂ ਕਿ ਟਿਊਸ਼ਨ ਫੀਸ ਵਗੈਰਾ ਉਹ ਲੈ ਰਹੇ ਆ ਸਿਰਫ ਉਹ ਜ਼ਰੂਰੀ ਹੈ ਹੋਰ ਕੋਈ ਵੀ ਗੈਰ ਜ਼ਰੂਰੀ ਫੀਸ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਉਹ ਫੈਸਲਾ ਆਏਗਾ 18 ਜੂਨ ਨੂੰ ਜਿਸ ਤਰ੍ਹਾਂ ਕਿ ਹਾਲੇ ਕੋਈ ਉਸਤੇ ਬਾਰੇ ਗੱਲ ਨਹੀਂ ਹੋਈ ਬਟ ਚਲੋ ਜੇ ਤੁਹਾਨੂੰ ਜੋ ਖਬਰ ਹੈ ਵਧੀਆ ਲੱਗੀ ਤਾਂ ਬਾਕੀ ਇਹਨਾਂ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰੋ ਤਰਾਕੇ ਕਾਫੀ ਵਧੀਆ ਖਬਰ ਹੈ ਜਿਸ ਦੇ ਵਿੱਚ ਹੋਰ ਤੁਹਾਡੀਆਂ ਜੋ ਲਾਕਡਾਊਨ ਦੇ ਕਰਕੇ ਚਲੋ ਸਕੂਲ ਦੇ ਬਾਰੇ ਖਬਰ ਹੈ ਉਸ ਤੋਂ ਬਾਅਦ ਆਪਾਂ ਨੇ ਗੱਲ ਕੀਤੀ ਹੈ ਇਸ ਦੇ ਵਿੱਚ ਪੋਸਟ ਆਉਂਦੀ ਜਿਸ ਤਰ੍ਹਾਂ ਕਿ ਅਧਿਆਪਕਾਂ ਦੀਆਂ ਅਸਾਮੀਆਂ ਜੋ ਕਿ 4500 ਖਾਲੀ ਪਈਆਂ ਨੇ ਉਹਨਾਂ ਨੂੰ ਭਰਨ ਲਈ ਇੱਕ ਹੋਰ ਇਸ਼ਤਿਹਾਰ ਆ ਸਕਦਾ ਤਾਂ ਉਸੇ ਦੇ ਬਾਰੇ ਆਪਾਂ ਇਸ ਦੇ ਵਿੱਚ ਗੱਲ ਕੀਤੀ ਹੈ ਬਾਕੀ ਇਹਨਾਂ ਦੇ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਿਓ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਨਾਲ ਥੈਂਕ ਯੂ